ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਸਾਡੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਦ ਬੈਟਲ ਫਾਰ ਸਿਟੀ ਕਾਉਂਸਲ ਨਿਊਯਾਰਕ ਸਿਟੀ ਦੇ ਵਿੱਚ ਲੋਕਲ ਇਲੈਕਸ਼ਨਸ ਚੱਲ ਰਿਹਾ ਪ੍ਰਾਇਮਰੀ ਸੀਜ਼ਨ ਚੱਲ ਰਿਹਾ ਤੇ ਇੱਥੇ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਜੋ ਲੋਕਲ ਗਵਰਨਮੈਂਟ ਦੇ ਕੰਟੈਸਟ ਹਨ ਉਹਨਾਂ ਦੇ ਵਿੱਚੋਂ ਇੱਕ ਕੰਟੈਸਟ ਦੀ ਖਾਸ ਕਰਕੇ ਤੁਹਾਨੂੰ ਜਾਣਕਾਰੀ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਆਂ ਡਿਸਟ੍ਰਿਕਟ 23 ਦੇ ਵਿੱਚ ਸਾਡੇ ਆਪਣੇ ਸਿੰਘ ਖੜੇ ਹੋਏ ਹੈ ਇਨ ਕੈਂਡੀਡੇਟ ਦੇ ਨਾਲ ਤੁਹਾਨੂੰ ਪਹਿਲੇ ਵੀ ਮਿਲਾਇਆ ਇੱਕ ਵਾਰੀ ਫਿਰ ਮੈਂ ਸਵਾਗਤ ਕਰਦੀ ਹਾਂ ਹਰਪ੍ਰੀਤ ਸਿੰਘ ਤੂਰ ਜੀ ਨੂੰ ਤੂਰ ਜੀ ਤੁਹਾਡੇ ਪਰਗਰ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਸ਼ਲੋਮ ਤੇ ਇਟਸ ਐਨ ਆਨਰ ਟੂ ਬੀ ਹੇਅਰ ਐਂਡ ਟਾਕ ਅਬਾਊਟ ਜਿਹੜੀ ਕਿ ਸਾਡੀ ਕਮਿਊਨਿਟੀ ਨੂੰ ਚੀਜ਼ਾਂ ਅਫੈਕਟ ਕਰਦੀਆਂ ਪੀ ਇਹ ਜਿਹੜੀ ਰੇਸ ਆ ਕਿਉਂ ਇੰਨੀ ਇੰਪੋਰਟੈਂਟ ਆ ਜੀ ਸਮ ਗਲੈਡ ਟੂ ਬੀ ਹੇਅਰ ਗੁੱਡ ਟੂ ਹੈਵ ਯੂ ਤੂਰ ਜੀ ਇਸ ਰੇਸ ਦੇ ਵਿੱਚ ਖਾਸ ਕਰਕੇ ਸਿਟੀ ਕਾਉਂਸਲ ਤੁਸੀਂ ਲਾਸਟ ਟਾਈਮ ਵੀ ਸਾਨੂੰ ਦੱਸਿਆ ਸੀ ਥੈਟ ਅਗਰ ਕਿਸੇ ਨੂੰ ਵੀ ਕੋਈ ਵੀ ਡੇ ਟੂ ਡੇ ਚੀਜ਼ ਦੇ ਲੋਡ ਹੈਗੀ ਗਵਰਨਮੈਂਟ ਵੱਲੋਂ ਉਹਨਾਂ ਨੇ ਆਪਣੇ ਕਾਂਗਰਸ ਪਰਸਨ ਜਾਂ ਆਪਣੇ ਪ੍ਰੈਜ਼ੀਡੈਂਟ ਨੂੰ ਡਾਇਰੈਕਟਲੀ ਥੋਈ ਨਾ ਚਿੱਠੀ ਲਿਖਣੀ ਹੈ ਦ ਫਰਸਟ ਪੁਆਇੰਟ ਆਫ ਕੰਟੈਕਟ ਇਸ ਸਿਟੀ ਕਾਉਂਸਲ ਤੁਹਾਡੀ ਇਹ ਵਾਲੀ ਪੋਜੀਸ਼ਨ ਅਗਰ ਤੁਸੀਂ ਜਿੱਤਦੇ ਹੋ ਹਾਊ ਵਿਲ ਯੂ ਕੰਸਟੀਟੂਐਂਟਸ ਲਈ ਆਪਣੇ ਡਿਸਟ੍ਰਿਕਟ ਦੇ ਵਿੱਚ ਇੱਕ ਇੱਕ ਬੰਦੇ ਲਈ ਜੋ ਡੇ ਟੂ ਡੇ ਨੀਡਸ ਹਨ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਪੂਰਾ ਕਰੋਗੇ ਦੇਖੋ ਇਹ ਨਾ ਇਟਸ ਅ ਰੀਲੀ ਗੁੱਡ ਕੁਐਸਚਨ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ ਆਈ ਵਾਸ ਡੋਰ ਨਾਕਿੰਗ ਯੈਸਟਰਡੇ ਆਫਟਰ ਪੋਲਿੰਗ ਬੰਦ ਹੋਈ 4 ਵਜੇ ਆਈ ਵੈਂਟ ਆਊਟ ਡੋਰ ਨਾਕਿੰਗ ਈਵਨ ਥੋ ਐਟ ਵਾਸ ਫਾਦਰਸ ਡੇ ਮੈਂ ਕੱਪੇ ਘਟੋ ਘਟ ਅ ਟੈਲ ਸੈਕਸ 630 ਪੀ ਮੈਂ ਇਹਨਾਂ ਕਰ ਸਕਦਾ ਉਹ ਤੋਂ ਬਾਅਦ ਦੇ ਨੇਟ ਇਸ ਪੁਸ਼ਿੰਗ ਠੀਕ ਹੈ ਨਾ ਆਈ ਵੈਂਟ ਟੂ ਦਿਸ ਪਲੇਸ ਤੇ ਉੱਥੇ ਮੈਨੂੰ ਨਾ ਕਿਸੇ ਨੇ ਸਵਾਲ ਪਾਇਆ ਕਹਿੰਦੇ ਜੀ ਅਖੇ ਜਿਹੜੀ ਦੀਵਾਲੀ ਦੀ ਛੁੱਟੀ ਉਹ ਕਿਉਂ ਨਹੀਂ ਹੋ ਰਹੀ ਹੂੰ ਹੂੰ 30 ਦੇ ਵਿੱਚ ਜੀ ਤਾਂ ਮੈਂ ਉਹਨਾਂ ਨੂੰ ਇਹੀ ਜਵਾਬ ਦਤਾ ਮੈਂ ਕਿਉਂਕਿ ਮੈਨੂੰ ਪਤਾ ਦੀਵਾਲੀ ਕੀ ਚੀਜ਼ ਹੈ ਜਿਨ੍ਹਾਂ ਕੋਲੋਂ ਤੁਸੀਂ ਜਾ ਕੇ ਛੁੱਟੀ ਮੰਗ ਰਹੇ ਉਹਨਾਂ ਨੂੰ ਪਤਾ ਨਹੀਂ ਦੀਵਾਲੀ ਕੀ ਚੀਜ਼ ਹੈ ਜੀ ਸੋ ਤੁਹਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਪੈਣੀ ਜੀ ਸੋ that is what uh, my message is ਜਿਹੜੇ ਕਿ ਬੰਦੇ ਸੁਣ ਰਹੇ ਹੈਗੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਆ ਭਈ ਜਦ ਮੈਂ ਇਹ ਗੱਲ ਕਰਦਾ ਨਾ ਭਈ ਜਿਹੜਾ 시ਟੀ ਕਾਉਂਸਲਮੈਨ ਹੈ ਫਰਸਟ ਲਿੰਕ ਹੈ ਬੀਟਵੀਨ ਦਾ ਪਬਲਿਕ ਐਂਡ ਦਾ ਗਵਰਨਮੈਂਟ ਉਹਦਾ ਕਾਰਨ ਹੈ ਜਿਹੜਾ ਉਹ ਇਹੀ ਆ ਜੀ ਔਰ ਇਸੇ ਕਰਕੇ ਵੈਨ ਆਈ ਸੇ that we should be at the table not on any more that's the reason G. so yes uh any anything you know uh, for example light in the street light ni kam kar rahi <laughs> ajj mainu email aayi hai ik di kehnda ji speed camera hai jehde bahut zyada lagge ho gaye ya i don't know how it will work kyuke speed camera hai jehde new york state valon aa ji par katto kaade faam hendey ha haan ji i can at least call in the commissioners hun for example hun taxi wala di jehde issue aaya ji theek hai na ਇਵਨ ਦਾ ਟੈਕਸੀ ਵਾਲਿਆਂ ਨਾਲ ਮੈਂ ਨਾ ਜਦੋਂ ਦਾ ਆਇਆ ਮੈਂ ਉਦੋਂ ਦਾ ਕੰਮ ਕਰ ਰਿਹਾ ਹੈਗਾ ਇੱਥੋਂ ਤੱਕ ਕਿ ਮੈਟਰੋਪੋਲੀਟਨ ਮਿਊਜ਼ੀਅਮ ਦੇ ਸਾਹਮਣੇ ਪਾਰਕਿੰਗ ਜਿਹੜੀ ਹੈ ਟੈਕਸੀ ਵਾਲਿਆਂ ਲਈ ਉਹ ਵੀ ਮੈਂ ਓਕੇ ਕਰਵਾ ਕੇ ਦਿੱਤੀ ਟੀਐਲਸੀ ਕਮਿਸ਼ਨ ਤੋਂ ਪਰ ਹੁਣ ਇਸ਼ੂ ਇਹ ਆ ਜਾਂਦਾ ਜਿਹਾ ਹੁਣ ਮਡਾਲੀਅਨ ਦੀ ਵੈਲਿਊ ਡਾਊਨ ਹੋਈ ਜਾਂ ਠੀਕ ਹੈ ਨਾ ਸਿਟੀ ਕੌਂਸਲ ਦੇ ਵਿੱਚ ਐਸਾ ਕੋਈ ਬੰਦਾ ਨਹੀਂ ਸੀ ਵੀ ਜਿਹੜਾ ਟੀਐਲਸੀ ਦੇ ਕਮਿਸ਼ਨਰ ਨੂੰ ਸੱਦ ਕੇ ਸਵਾਲ ਜਵਾਬ ਕਰਦਾ ਅੱਛਾ ਜੀ ਅਸੀਂ ਬਾਹਰ ਜੋ ਮਰਜੀ ਰੌਲਾ ਪਾਈ ਜਾਈਏ ਅਸੀਂ ਜਿੰਨੀਆਂ ਮਰਜੀ ਡੈਮੋਨਸਟ੍ਰੇਸ਼ਨ ਕਰੀ ਜਾਈਏ ਆ ਪਤਾ ਲੱਗਦਾ ਆ ਲੋਕਾਂ ਨੂੰ ਜਾਗਰੂਕਤਾ ਆਉਂਦੀ ਆ ਪਰ ਜੇ TCLC ਦਾ ਕਮਿਸ਼ਨਰ ਆ ਜਿਹੜਾ ਜੇ ਸਿਟੀ ਕਾਉਂਸਲ ਵਾਲੇ ਉਹਨੂੰ ਸਾਧ ਸਕਦੇ ਆ ਤਾਂ ਉੱਥੇ ਪੁੱਛ ਸਕਦੇ ਆ ਜੀ ਬਿਲਕੁਲ ਤਾਂ ਕਿਉਂ ਨਹੀਂ ਕੀਤਾ ਗਿਆ ਜੀ ਕਿਉਂਕਿ ਤੁਹਾਡਾ ਆਪਣਾ ਬੰਦਾ ਜਿਹੜਾ ਤੁਹਾਡੀਆਂ ਨੀਡਸ ਨੂੰ ਅੰਡਰਸਟੈਂਡ ਕਰਦਾ ਸੀ ਉਥੇ ਹੈ ਨਹੀਂਗਾ ਸੀ ਜੀ 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 ਠੀਕ ਹੈ ਨਾ ਸੋ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਜਿਹੜਾ ਮੇਰਾ ਐਕਸਪੀਰੀਅੰਸ ਹੈ ਨਾ ਆਈ نو ਐਗਜ਼ੈਕਟਲੀ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈਗੀ ਔਰ ਕਿੱਦਾਂ ਕਰਨੀ ਹੈ ਐਂਡ ਦੈਟਸ ਵਾਈ ਕੱਲ ਨੂੰ ਸਵੇਰ ਦੇ 6 ਵਜੇ ਤੋਂ ਲੈ ਕੇ ਕੱਲ ਰਾਤ ਦੇ 9 ਵਜੇ ਤੱਕ ਪਲੀਜ਼ ਕਮ ਆਊਟ ਐਂਡ ਵੋਟ ਐਂਡ ਡੈਫੀਨਿਟਲੀ ਮੈਂ ਤੁਹਾਡੀ ਵੋਟ ਹੈ ਜਿਹੜੀ ਮੈਂ ਕਹਾਂਗਾ ਕਿ ਮੈਨੂੰ ਵੋਟ ਕਰੋ ਐਜ਼ ਅ ਫਰਸਟ ਚੁਆਇਸ Important thing is that okay, my experience is something that okay, you need it and also is the Nal ਜਦ ਮੈਂ ਉੱਥੇ ਬੈਠਾ ਇਟ ਇਜ਼ ਲਾਈਕ ਯੂ ਆਰ ਸਿਟਿੰਗ ਥੇਰ ਜੀ ਤੂਰਦੀਪ ਇਸ ਖਾਸ ਕਰਕੇ ਡਿਸਟ੍ਰਿਕਟ 23 ਦੀ ਜੋ ਕੱਲ ਪ੍ਰਾਇਮਰੀ ਹੋਣ ਜਾ ਰਹੀ ਹੈ ਜੂਨ 22 ਜਿਸ ਤਰ੍ਹਾਂ ਤੂਜਨੇ ਤੁਹਾਨੂੰ ਦੱਸਿਆ ਆਮ ਸੇਮ ਡੇ VOTING ਕੱਲ ਜਾਰੀ ਹੋਊਗੀ अर्ਲੀ VOTING ਆਲਰੇਡੀ ਸਮਾਪਤ ਹੋ ਚੁੱਕੀ ਹੈ ਬਟ ਇਸ ਕੰਟੈਸਟ ਦੇ ਵਿੱਚ ਸੱਤ ਟੋਟਲ ਕੈਂਡੀਡੇਟਸ ਇਸ ਵੇਲੇ ਖੜੇ ਹੋਏ ਉਹਨਾਂ ਤੇ ਵਿੱਚੋਂ ਚਾਰ ਆਪਣੇ ਸਾਊਥ ਏਸ਼ੀਅਨ ਤਿੰਨ ਪੰਜਾਬੀ ਉਹਦੇ ਵਿੱਚੋਂ ਤੁਸੀਂ ਇੱਕ ਅਲੋਤੇ ਦਸਤਾਰ ਬੰਨਣ ਵਾਲੇ ਪੰਜਾਬੀ ਹੋ ਇਸ ਰੇਸ ਦੇ ਵਿੱਚ ਆਮ ਤੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਸਿਗਨੀਫਿਕੈਂਸ ਪੁੱਛਣਾ ਚਾਹੁੰਦੀ ਆ ਖਾਸ ਕਰਕੇ ਨਿਊਯਾਰਕ ਸਿਟੀ ਦੇ ਵਿੱਚ ਇਸ ਸਿਟੀ ਕਾਉਂਸਲ ਦੀ ਪੋਜੀਸ਼ਨ ਦੇ ਵਿੱਚ ਇੱਕ ਆਮ ਪੱਗ ਵਾਲੇ ਸਰਦਾਰ ਦੀ ਕੀ ਅਹਿਮੀਅਤ ਹੈ ਦੇਖੋ ਜਿਹੜਾ ਨਾ ਇਸ ਕੋਈ ਸ਼ੱਕ ਨਹੀਂ ਪਈ ਮੇਰੀਆਂ ਬੇਟੀਆਂ ਰਗਿਆ ਉਹ ਜਸਲੀਨ ਕੌਰ ਜਿਹੜੀ ਰਨ ਕਰ ਰਹੀ ਹੈਗੀ ਆ ਯਾ ਇਫ ਹੀ ਗੈਟਸ ਸਿਲੈਕਟਡ ਆ ਵਿਲ ਕੰਗ੍ਰੈਚੂਲੇਟ ਹਰ ਠੀਕ ਹੈ ਨਾ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਪਈ ਮੇਰਾ ਜਿਹੜਾ ਜਿਹੜਾ ਸਰਦਾਰ ਪਾਗ ਵਾਲਾ ਸਰਦਾਰ ਹੈ ਨਾ ਉਹ ਦੂਰੋਂ ਪਤਾ ਲੱਗਦਾ ਪਈ ਸਰਦਾਰ ਜਾ ਰਹੇ ਹੂੰ ਮੇਰੇ ਦੋਸਤ ਆ ਜਿਹੜੇ ਜਦ ਮੈਂ ਇੱਥੇ 83 ਦੇ ਵਿੱਚ ਆਇਆ ਸਾਬੇ ਦੇ ਵਿੱਚ ਅਸੀਂ ਪਾਗ ਇੱਕ ਦੂਜੇ ਦੀ ਦੇਖ ਕੇ ਇੱਕ ਦੂਜੇ ਵਾਲ ਨੂੰ ਗਏ ਸੀ ਤਾਂ ਮਿਲੇ ਸੀ ਵਾਹ ਮੇਰੇ ਤਿੰਨ ਦੋਸਤ ਆ ਹੋ ਜੀ ਰੱਬ ਉਹਨਾਂ ਨੂੰ ਲੰਬੀ ਉਮਰ ਦੇਵੇ ਅੱਜ ਤੱਕ ਵੀ ਸਾਡੀ ਇੰਨੀ ਦੋਸਤੀ ਆ ਪੇਸ ਹਾਲੇ ਵਿੱਚ ਭਾਵੇਂ ਇੱਕ ਵਾਰੀ ਕਾਲ ਕਰੀਏ ਜੇ ਕਿਤੇ ਹੋਣਾ ਹਾਕ ਮਾਰੀ ਦੀ ਹੈ ਦੇ ਆਰ ਥੇਰ ਜੀ ਠੀਕ ਹੈ ਨਾ ਕਿਉਂ ਕਿ ਕਿਉਂਕਿ ਪੱਗ ਦੀ ਸੀ ਉਹਨਾਂ ਨੂੰ ਉਹਨਾਂ ਤੁਰਦਾ ਨਹੀਂ ਸੀ ਪਤਾ ਠੀਕ ਹੈ ਨਾ ਔਰ ਮੈਨੂੰ ਕਿਉਂਕਿ ਆਉਂਦੇ ਸਾਰ ਮੈਨੂੰ ਸਾਰਿਆਂ ਤੋਂ ਵੱਧ ਜਿਹੜੀ ਪ੍ਰੋਬਲਮ ਆਈ ਉਹ ਇਸੇ ਚੀਜ਼ ਦੀ ਪ੍ਰੋਬਲਮ ਆਈ ਪੇ ਜੀ ਦਾੜੀ ਕੇਸ ਤੇ ਪੱਗ ਦੇ ਨਾਲ ਤੂੰ ਕੰਮ ਨਹੀਂ ਕਰ ਸਕਦਾ ਇਹ ਨਹੀਂ ਸੋ 2000 ਦਾ ਫੈਕਚੁਅਲ ਇਸ਼ੂ ਸਾਡੇ ਸਰਦਾਰਾਂ ਲਈ ਜਿਹੜੇ ਕਿ ਜਿੱਦਾਂ ਇੱਥੇ ਉਹ ਕਹਿੰਦੇ ਨਾ ਇੰਗਲਿਸ਼ ਦੇ ਵਿੱਚ ਵਿਦ ਆ ਆਰਟੀਕਲਸ ਆਫ ਦਾ ਫੇਥ ਹਾਂਜੀ ਯਾਨਾ ਜੀ ਜੀ ਸੋ ਤੁਹਾਡਾ ਬੰਦਾ ਹੈ ਜਿਹੜਾ ਤੁਹਾਡਾ ਆਪਣਾ ਜਿਹੜਾ ਹੈਗਾ ਹੈ ਜਦ ਤੁਸੀਂ ਉਥੋਂ ਰੋਜ਼ ਉਥੇ ਸਿਟੀ ਹਾਲ ਦੇ ਵਿੱਚ ਬੜਨਾ ਹੈਗਾ ਤੁਸੀਂ ਹੋਰ ਗਵਰਨਮੈਂਟ ਆਫਿਸ ਦੇ ਵਿੱਚ ਐਸ ਐਨ ਇਲੈਕਟਡ ਜਾ ਕੇ ਬੈਠਣਾ ਹੈਗਾ ਆ 댓 ਮੇਕਸ ਅ ਬਿਗ ਡਿਫਰੈਂਸ ਐਬਸੋਲੂਟਲੀ ਮਤੁਰ ਜੀ ਇੱਕ ਬਾਰੀ ਫੇਰ ਜਦੋਂ ਦੂਜੇ ਕੈਂਡੀਡੇਟਸ ਦੀ ਗੱਲ ਆਉਂਦੀ ਹੈ ਇਸ ਵਾਰੀ ਇਸ ਰੇਸ ਦੇ ਵਿੱਚ ਜੋ ਪ੍ਰਾਈਮਰੀਜ਼ ਦਾ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਨਿਊਯਾਰਕ ਸਿਟੀ ਨੇ ਇੱਕ ਨਵਾਂ ਸਿਸਟਮ ਇੰਪਲੀਮੈਂਟ ਕੀਤਾ ਰੈਂਟ ਵੋਟਿੰਗ ਇੱਕ ਇਹ ਚੀਜ਼ ਹੈ ਕਿ ਇੱਕ ਇਹ ਜੋ अर्ਲੀ ਵੋਟਿੰਗ ਬਾਈ ਮੇਲ ਕੀਤੀ ਹੈ ਉਹ ਵੀ ਕੋਵਿਡ ਕਰਕੇ ਇੱਕ ਨਵੀਂ ਚੀਜ਼ ਇੰਟਰਡਿਊਸ ਹੋਈ ਹੈ ਯੂ نو ਇਸ ਕੰਸਟੀਟੂਐਂਸੀ ਲਈ ਅਗਰ ਕਿਸੇ ਨੇ ਆਲਰੇਡੀ ਆਪਣੀ ਵੋਟ ਪਾਤੀ अर्ਲੀ VOTING ਦੇ ਵਿੱਚ ਕੁਝ ਹਫ਼ਤੇ ਪਹਿਲੇ ਕੁਝ ਦਿਨਾਂ ਪਹਿਲੇ ਉਹਨਾਂ ਦਾ ਹੁਣ ਮਾਈਂਡ ਚੇਂਜ ਹੋ ਗਿਆ ਭਾਵੇਂ ਉਹ ਫਰਸਟ ਸੈਕੰਡ ਥਰਡ ਚੋਇਸ ਨੂੰ ਲੈ ਕੇ ਮਾਈਂਡ ਚੇਂਜ ਹੋਇਆ ਹੋਏ ਕੱਲ VOTING DAY ਜਾ ਕੇ ਉਹ ਕੁਝ ਚੇਂਜ ਕਰ ਸਕਦੇ ਆ ਜਾਂ ਉਹਨਾਂ ਦੀ ਵੋਟ ਪੱਕੀ ਹੈ ਜਿਹੜੇ ਵੀ ਜਾ ਕੇ अर्ली VOTING ਦੇ ਵਿੱਚ ਫਿਜ਼ੀਕਲੀ ਜਾ ਕੇ ਵੋਟ ਪਾ ਚੁੱਕੇ ਆ ਉਹ ਕੁਝ ਨਹੀਂ ਕਰ ਸਕਦੇ ਪਰ ਜਿਹਨਾਂ ਦੀ ਮੇਲ ਮੇਲ ਇਨ VOTES ਹੋਈਆਂ ਨਾ ਕਿਉਂਕਿ ਮੈਨੂੰ ਇਹ ਸੁਣਨ ਦੇ ਵਿੱਚ ਆਇਆ ਹੈਗਾ ਵੀ ਕੁਝ ਇੱਕ ਬੰਦੇ ਆ ਜਿਹੜੇ ਪ੍ਰੈਕਟੀਕਲੀ ਯਾਨਕਿ ਮੇਰੇ ਨਾਲ ਵੀ ਥੋੜੇ ਵੋਲੰਟੀਅਰ ਹੈਗੇ ਆ ਵੀ ਉਹਨਾਂ ਨੇ ਮੇਲ ਇਨ ਵੋਟ ਰਿਕੁਐਸਟ ਨਹੀਂ ਸੀ ਕੀਤੀ ਅੱਛਾ ਜੀ ਪਰ ਉਹਨਾਂ ਇੱਕ ਡਿਲੀਵਰ ਹੋਈ ਆ ਇਹਦਾ ਮਤਲਬ ਇਹ ਆ ਵੀ ਉਹਨਾਂ ਦਾ ਜਿਹੜਾ ਡੇਟ ਆਫ ਬਰਥ ਆ ਉਹ ਕਿਥੋਂ ਲਿਆ ਗਿਆ ਅੱਛਾ ਜੀ ਤੁਸੀਂ ਜਿਹੜੀ ਐਬਸੈਂਟ ਵੈਲਟ ਹੈ ਜਿਹੜੀ ਜੇ ਤੁਸੀਂ ਆਰਡਰ ਕਰਨੀ ਆ ਤੁਹਾਡੇ ਵਾਸਤੇ ਬੰਦੇ ਦਾ ਨਾਮ ਬੰਦੇ ਦੀ ਡੇਟ ਆਫ ਬਰਥ ਇਹ ਕਿਹੜੇ ਜ਼ਿਪ ਕੋਡ ਚੋਂ ਰਹਿੰਦਾ ਇਹ ਜ਼ਰੂਰੀ ਆ ਜੀ ਬੋਰੋਦਾ ਦਾ ਪਤਾ ਵੀ ਕੋਈ ਨਹੀਂ ਤੇ ਠੀਕ ਹੈ ਨਾ ਤੇ ਜੇ ਤੁਸੀਂ ਕਿਸੇ ਨੂੰ ਨਹੀਂ ਆਥਰਾਇਜ਼ ਕੀਤਾ ਔਰ ਉਹ ਆਰਡਰ ਕੀਤੀ ਗਈ ਆ ਉਹ ਕੰਮ ਹੈ ਜਿਹੜਾ ਉਹ ਜਿੱਦਾਂ ਇੱਥੇ ਇੰਗਲਿਸ਼ ਦੇ ਵਿੱਚ ਕਹਿੰਦੇ ਹੋ ਨਾ ਇਟਸ ਨੋਨ ਕੋਸ਼ਰ ਹਾਂ ਇਟਸ ਨਾਟ ਕੋਸ਼ਰ ਜੀ 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 ਠੀਕ ਹੈ ਹੁਣ ਦੂਜੀ ਗੱਲ ਇਹ ਆ ਵੀ ਤੁਹਾਡੇ ਕੋਲ ਬੰਦਾ ਆ ਕੇ ਆਇਆ ਮੈਂ ਉਦਾਹਰਣ ਦੇ ਤੌਰ ਤੇ ਕਹਿੰਦਾ ਜੀ ਵੀ ਤੂਰ ਆਇਆ ਤੂਰ ਨੇ ਆ ਕੇ ਤੁਹਾਨੂੰ ਕਿਹਾ ਆਛਾ ਜੀ ਤੁਹਾਨੂੰ ਮੈਂ ਬੈਲਟਾਈ ਹੋਣੀ ਆ ਫੈਂਡੀ ਬੈਲਟ ਭਰ ਕੇ ਤਾਂ ਮੈਨੂੰ ਫੜਾ ਦਿਓ ਤੁਸੀਂ ਆ ਦੇਖਿਆ ਵੀ ਯਾਰ ਤੂਰ ਆਇਆ ਹੈਗਾ ਆ ਦੇ ਦਿਓ ਹੂੰ ਠੀਕ ਹੈ ਹੁਣ ਤੁਸੀਂ ਮਾਈਂਡ ਚੇਂਜ ਕਰ ਲੈ ਜਿੱਦਾਂ ਤੁਸੀਂ ਕਹਿੰਦੇ ਹੋ ਕੱਲ ਨੂੰ ਜੇ ਤੁਸੀਂ ਫਿਜ਼ੀਕਲੀ ਜਾ ਕੇ ਵੋਟ ਪਾ ਦਿੰਨੇ ਆ ਤੁਹਾਡੀ ਮੇਲ ਇਨ ਬੈਲਟ ਆਟੋਮੈਟਿਕਲੀ ਕੈਨਸਲ ਹੋ ਜਾਂਦੀ ਹੈ ਅੱਛਾ ਜੀ ਓਕੇ ਕਿਉਂਕਿ ਤੁਹਾਡੀ ਜਿਹੜੀ ਪਰਸਨਲ ਫਿਜ਼ੀਕਲ ਪ੍ਰੈਜ਼ੈਂਸ ਦੀ ਵੋਟ ਆ ਉਹਦੀ ਵੈਲਿਊ ਜ਼ਿਆਦਾ ਹੈ ਜੀ ਸੋ ਇਸ ਕਰਕੇ ਜੇ ਕਿਸੇ ਨੇ ਵੀ ਆਪਣਾ ਮਾਈਂਡ ਵਗੈਰਾ ਚੇਂਜ ਕੀਤਾ ਆ ਜੇ ਕੱਲ ਤੱਕ ਵੀ ਕਰਨਾ ਹੈ ਕੱਲ ਸ਼ਾਮ ਦੇ 9 ਵਜੇ ਤੱਕ ਉਦੋਂ ਤੱਕ ਉਹ ਜਾ ਕੇ ਫਿਜ਼ੀਕਲੀ ਇਹ ਵੋਟ ਪਾ ਦਿੰਦੇ ਆ ਉਹ ਆਪਣੇ ਮਨ ਪਸੰਦ ਦਾ ਕੈਂਡੀਡੇਟ ਹੈ ਜਿਹੜਾ ਉਹਨੂੰ ਵੋਟ ਪਾ ਸਕਦੇ ਆ ਜੀ this is good to know because once again ਇਸ ਇਲੈਕਸ਼ਨ ਦੇ ਵਿੱਚ ਬਾਰ ਬਾਰ ਜਿਹੜਾ ਕਹਿੰਦੇ ਨਾ ਕੈਂਡੀਡੇਟਸ ਤੇ ਇਸ਼ੂਜ਼ ਉਭਰ ਕੇ ਆ ਰਹੇ ਅਖੀਰ ਦੇ ਲਾਸਟ ਡੇ ਤੱਕ ਵੀ ਤੁਲਜੀ ਤੁਸੀਂ ਕੱਲ ਤੱਕ ਵੀ ਡੋਰਸ ਨਾਕ ਕਰ ਰਹੇ ਸੀ ਕਲੀਅਰਲੀ ਤੁਸੀਂ ਬਹੁਤ ਕਮਿਊਨਿਟੀ ਦੇ ਵਿੱਚ ਟਾਈਮ ਸਪੈਂਡ ਕੀਤਾ ਇਸ ਕੈਂਪੇਨ ਦੇ ਵਿੱਚ ਮਾਈਕ ਕਲਰ ਸ਼ੋਸ ਤੁਹਾਡਾ ਪੱਕਾ ਰੰਗ ਦੱਸਦਾ ਹੈ ਬਿਲਕੁਲ ਬਿਲਕੁਲ ਆਮ ਜੀ ਇਸ ਵੇਲੇ ਅਗਰ ਤੁਸੀਂ ਇੱਕ ਵਾਰੀ ਫਿਰ ਵਿਊਅਰਸ ਲਈ ਆਪਣੇ ਕੰਸਟੀਟੂਐਂਟਸ ਜੋ ਤੁਹਾਨੂੰ ਸੁਣ ਰਹੇ ਡਿਸਟ੍ਰਿਕਟ 23 ਦੇ ਵਿੱਚ ਕੀ ਤੁਸੀਂ ਨੋਟਿਸ ਕੀਤਾ ਸਭ ਤੋਂ ਵੱਡਾ ਇਸ ਵੇਲੇ ਮੈਂ ਕਹਾਂਗੀ ਸਭ ਤੋਂ ਵੱਡੀ ਕਮੀ ਇਸ ਡਿਸਟ੍ਰਿਕਟ ਦੇ ਵਿੱਚ ਲੋਕਲ ਗਵਰਨਮੈਂਟ ਵੱਲੋਂ ਜਿਸ ਕਮੀ ਨੂੰ ਖਾਸ ਕਰਕੇ ਤੁਸੀਂ ਹੀ ਪੂਰਾ ਕਰ ਸਕਦੇ ਹੋ ਉਹ ਸਾਰਿਆਂ ਤੋਂ ਵੱਡਾ ਜਿਹੜਾ ਦੇਖੋ ਅਗੇਨ ਕਈ ਵਾਰੀ ਨਾ ਇਸ਼ੂਸ ਹੈ ਜ ਜ ਤੁਸੀਂ ਪਹਿਲ ਦੂਜ ਕਰਨਾ ਪੈਂਦਾ ਇਟ ਗੈਟਸ ਹਾਰਡ ਪਰ ਦੋ ਟਾਪ ਮੋਸਟ ਜਿਹੜਾ ਕਿ ਮੈਨੂੰ ਸੁਣਨ ਦੇ ਵਿੱਚ ਹੁਣ ਤੱਕ ਆਇਆ ਹੈਗਾ ਆ ਉਹ ਇਹ ਆ ਕਿ ਜਦ ਵੀ ਤੁਸੀਂ ਪੁਲਿਸ ਨੂੰ ਸੱਦਦੇ ਆ ਬਾਇ ਦਾ ਟਾਈਮ ਐਟ ਅਰਾਈਜ਼ ਇਟ ਇਜ਼ ਟੂ ਲੇਟ ਹਾਂਜੀ ਕਿਉਂਕਿ ਜਿਹੜੀ 105 ਪ੍ਰੀਸਿੰਕਟ ਆ ਉਹ ਥੈਟ ਕਵਰ ਦੇ ਲਾਰਡ ਆਫ ਏਰੀਆ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਹੋਰ ਪ੍ਰੀਸਿੰਕਟ ਆ 116 ਉਹਦੀ ਫੰਡਿੰਗ ਆ ਜਿਹੜੀ ਦੁਬਾਰਾ ਰੈਸਟੋਰ ਕੀਤੀ ਗਈ ਆ ਮੇਰਾ ਸਵਾਲ ਇਹ ਹੈਗਾ ਬਈ ਵਾਈ ਵੁਡ ਸਮਬਾਡੀ ਇਵਨ ਥਿੰਕ ਆਫ ਕਟਿੰਗ ਦਾ ਫੰਡਿੰਗ ਫਾਰ ਦਾ ਪੁਲਿਸ ਇਹ ਹਨਾ ਪੁਲਿਸ ਵਾਲੇ ਅਕਾਉਂਟੇਬਲ ਹੋਣੇ ਚਾਹੀਦੇ ਆ ਜਿੱਥੇ ਉਹਨਾਂ ਨੇ ਕੰਮ ਗਲਤ ਕੀਤਾ ਹੈਗਾ ਆਈ ऍम ਨਾਟ ਡਿਨਾਈਂਗ 댓 देयर ਆਰ ਵੇਜ਼ ਟੂ ਮੇਕ 뎀 ਅਕਾਉਂਟੇਬਲ ਪਰ ਸੇਫਟੀ ਆ ਜਿਹੜੀ 댓ਸ ਦਾ ਟਾਪ ਮੋਸਟ ਚਾਹੇ ਤੁਸੀਂ ਬੱਚੇ ਲੈ ਲਓ ਹੁਣ ਤੁਹਾਡੇ ਨਿਆਣੇ ਨੇ ਬਾਹਰ ਜਾਣਾ ਜੀ ਬਾਹਰ ਉਹਨੇ ਖੇਡਣਾ ਵੀ ਆ ਘੁੰਮਣਾ ਵੀ ਆ ਹੁਣ ਜੇ ਤੁਹਾਡੇ ਮਾਈਂਡ ਦੇ ਉੱਤੇ ਨਿਆਣੇ ਦੀ ਸੇਫਟੀ ਦਾ ਹੀ ਇਸ਼ੂ ਰਹੂਗਾ ਤਾਂ ਤੁਸੀਂ ਨਿਆਣੇ ਨੂੰ ਘਰੋਂ ਨਹੀਂ ਕੱਢ ਦੇਣਾ ਨੋ ਉਹਦੇ ਨਾਲ ਆਲਟੀਮੇਟਲੀ ਕੀ ਹੋਣਾ ਉਹ ਜਿਹੜੀ ਨਿਆਣੇ ਦੀ ਲੌਂਗ ਟਰਮ ਡਿਵੈਲਪਮੈਂਟ ਆ ਨਾ ਉਨੀ ਹੁੰਦੀ ਪ੍ਰੋਪਰ ਜਿਹੜੀ ਮਾਈਂਡ ਆ ਉਹ ਪੂਰਾ ਨਹੀਂ ਖੁੱਲਦਾ ਜੀ ਬਿਲਕੁਲ ਠੀਕ ਹੈ ਨਾ ਸੋ ਮੈਂ ਇੱਕ ਨਾ ਉਦਾਹਰਣ ਦੇਣਾ ਹੁੰਦਾ ਵੀ ਜਦਾਂ ਤੁਸੀਂ ਮੁਠੀ ਬੰਦ ਕੀਤੀ ਹੋਈ ਬੰਦ ਆ ਹਾਂਜੀ ਠੀਕ ਹੈ ਨਾ ਇਫ ਯੂ ਵਾਂਟ ਟੂ ਗੈਟ ਸਮਥਿੰਗ ਇਨ देयर ਤੁਹਾਨੂੰ ਹੱਥ ਖੋਲਣਾ ਪੈਣਾ ਮਾਈਂਡ ਇਜ਼ ਸਮਥਿੰਗ ਲਾਈਕ 댓 ਜੀ ਮਾਈਂਡ ਖੋਲਣ ਵਾਸਤੇ ਤੁਹਾਨੂੰ ਬਾਹਰ ਜਾਣਾ ਪੈਣਾ ਜੀ 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 ਐਂਡ 댓 ਇਜ਼ ਇੰਪੋਰਟੈਂਟ ਐਂਡ ਟੂ ਡੂ 댓 ਐਂਡ ਡੂ ਏਵਰੀਥਿੰਗ ਯੂ ਨੀਡ ਸਿਕਿਉਰਿਟੀ ਚਾਹੇ ਉਹ ਬੱਚੇ ਆ ਚਾਹੇ ਬਜ਼ੁਰਗ ਆ ਜੀ ਐਂਡ ਆਫ ਕੋਰਸ ਐਜੂਕੇਸ਼ਨ ਐਂਡ ਜਿੱਦਾਂ ਮੈਂ ਤੁਹਾਨੂੰ ਦੱਸਿਆ ਭਈ ਦਾ ਬਿਗੇਸਟ ਡਿਮਾਂਡ ਫਰਮ ਆਵਰ ਓਨ ਕਮਿਊਨਿਟੀ ਆਪਣੇ ਜਿਹੜੇ ਪੰਜਾਬੀਆਂ ਦੀ ਬਿਗੇਸਟ ਡਿਮਾਂਡ ਆ ਉਹ ਹੈਗੀ ਆ ਸਾਕਰ ਦੀ ਗਰਾਊਂਡ ਹਾਂਜੀ ਐਂਡ ਆਈ ਆਈ ਆਲਵੇਸ ਹੈਵ ਬੀਨ ਗੈਟਿੰਗ them ਦਾ ਗਰਾਊਂਡਸ ਟੂ ਪਲੇ ਸਾਕਰ ਮੈਚਸ ਫਾਰ ਲਾਸਟ ਕਪਲ ਆਫ ਈਅਰਸ ਔਰ ਮੈਂ ਅਗੇਨ ਕੈਨ ਆਈ ਗੈਟ ਇਟ ਡਨ ਓਵਰਨਾਈਟ ਨੋ जी बट कैन आई स्टार्ट द प्रोसेस टू गेट द सकर ग्राउंड इन देयर डेफिनेटली यस एब्सोल्युटली वेरी गुड आई एम Glad टू सी ये शेयर ਕੀਤਾ ਤੂਰ ਜੀ ਯੂ نو ਵਾਂਸ ਅਗੇਨ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਪਾਵੇਂ ਉਹ ਜਿੱਦਾਂ ਤੁਸੀਂ ਸਪੋਰਟਸ ਦੀ ਗੱਲ ਕੀਤੀ ਰਾਈਟ ਸੋ ਯੂਵ ਡਨ ਅ ਲੋਟ ਆਫ ਵਰਕ ਆਪਣੀ ਕਾਸਕਰੀ ਪੰਜਾਬੀ ਕਮਿਊਨਿਟੀ ਬੱਚਿਆਂ ਦੇ ਨਾਲ ਸਪੋਰਟਸ ਨੂੰ ਲੈ ਕੇ ਬਟ ਥੋੜਾ ਜਿਹਾ ਸਾਨੂੰ ਇੱਕ ਬਾਰੀ ਫਿਰ ਦੱਸੋ ਕਿ ਤੁਹਾਡੀ ਹੋਰ ਵੱਖ-ਵੱਖ ਕਮਿਊਨਿਟੀਜ਼ ਦੇ ਨਾਲ ਕਿਸ ਤਰ੍ਹਾਂ ਦੀ ਤੁਹਾਡੇ ਰਿਲੇਸ਼ਨਸ ਹੈਗੇ ਬਿਕੋਜ਼ ਡਿਸਟ੍ਰਿਕਟ 23 ਸਿਰਫ ਸਿੱਖਾਂ ਦਾ ਨਹੀਂ ਹੈ ਪੰਜਾਬੀਆਂ ਦਾ ਨਹੀਂ ਹੈਗਾ ਬਹੁਤ ਇੱਕ ਮਿਕਸ ਇਹ ਡਿਸਟ੍ਰਿਕਟ ਹੈਗਾ ਇਹਦੇ ਵਿੱਚ ਬਾਕੀ ਕਮਿਊਨਿਟੀਜ਼ ਦੇ ਨਾਲ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਜੋੜ ਕੇ ਸਾਰੀ ਹੀ ਡਿਸਟ੍ਰਿਕਟ ਨੂੰ ਅਪਲਿਫਟ ਕਰ ਸਕਦੇ ਹੋ ਦੇਖੋ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਇੰਟਰਵਿਊ ਲਈ ਗਈ ਹੈ ਅਖਬਾਰਾਂ ਵਾਲਿਆਂ ਨੇ देयर ਇਜ਼ ਅ ਨਿਊਜ਼ਪੇਪਰ ਇਨ ਕুইਨਸ ਉਹਨਾਂ ਨੇ ਪੁੱਛਿਆ ਸੀਗਾ ਸੀ ਸਾਨੂੰ ਸਾਰੇ ਕੈਂਡੀਡੇਟਸ ਨੂੰ ਇਹ ਗੱਲ ਪੁੱਛੀ ਸੀ ਵੀ ਤੁਸੀਂ ਸੈਕੰਡ ਕੇ ਨੂੰ ਕਰ ਰਹੇ ਹੋ ਹੂੰ ਠੀਕ ਹੈ ਤੇ ਉਸ ਵਕਤ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਆਈ haven't made up my mind here ਹੂੰ ਠੀਕ ਹੈ ਪਰ ਸਟੀਵ ਬਿਹਾਰ ਜੋ ਕਿ ਹੂ ਇਜ਼ ਅ ਪ੍ਰੈਕਟਾਈਜ਼ਿੰਗ ਕੈਥੋਲਿਕ ਜੀ ਉਹਨੇ ਕਿਹਾ ਪਈ ਮੇ ਤੋਂ ਬਾਅਦ ਫਾਈਵ ਐਂਡ اور ਸਮਬਡੀ ਇਟ ਇਜ਼ ਹਰ ਪ੍ਰੀਸਿੰਗ ਟੂਰ ਅੱਛਾ ਜੀ ਠੀਕ ਹੈ ਜੀ ਸੈਕਿੰਡ ਵਾਸ ਡੈਬਰਾ ਮਾਰਕਾਉ ਉਹਨੇ ਵੀ ਇਹ ਗੱਲ ਕਹੀ ਪਈ ਜੇ ਕੋਈ ਬੰਦਾ ਐਕਸਪੀਰੀਅੰਸ ਵਾਲਾ ਹੈਗਾ ਜੇ ਜਿਹੜਾ ਬੰਦਾ ਕੰਮ ਕਰ ਸਕਦਾ ਔਰ ਜੇ ਨੂੰ ਪਤਾ ਹੈ ਪਈ ਇਲੈਕਟਿਡ ਬੰਦਿਆਂ ਨਾਲ ਕਿੱਦਾਂ ਕੰਮ ਕਰਨੇ ਆ ਕਮਿਊਨਿਟੀ ਦੇ ਵਿੱਚ ਕਿੱਦਾਂ ਵਿਚਰਨਾ ਕਮਿਊਨਿਟੀ ਦੇ ਕੰਮ ਕਿਤਾ ਕਰਾਉਣੇ ਆ ਸ਼ੀ ਆਲਸੋ ਟੋਲਡ ਕਿ ਨੰਬਰ 2 ਆ ਜਿਹੜਾ ਤੂਰ ਆ ਅੱਛਾ ਜੀ ਠੀਕ ਹੈ ਜੀ ਤੇ ਅਸੀਂ ਐਕਚੁਅਲੀ ਜਸਟ ਗਾਟ ਯੂ نو ਅਸੀਂ ਇੱਕ ਦੂਜੇ ਨੂੰ ਹੁਣ ਆ ਫਾਸਟਰ ਸੈਕਿੰਡ ਕੀਤਾ ਮੈਂ ਤਾਂ ਡੈਵੀ ਮਰਕਲ ਨੇ ਆਈ ਕਾਲ ਹੱਡਾਵੀ ਬਿਕਾਜ਼ एवरीवन ਕਾਲਸ ਹੱਡਾਵੀ ਈਵਨ ਦਾ ਡੈਬਰਾ ਮਰਕਲ ਠੀਕ ਹੈ ਤੇ ਆਵਾ ਦਾ ਨੌਰ ਸ਼ੋ ਟਾਵਰਸ ਦੀ ਅਦਰ ਡੇ ਉਥੇ ਨਾ ਆਪਣਾ ਕੰਟਰੋਲਰ ਹੈ ਜਿਹੜਾ ਥਾਮਸ ਡੈਨਾਪਲੀ ਹੀ ਵਾਸ देयर ਸਕਾਟ ਸਟ੍ਰਿੰਗਰ ਵਾਸ देयर ਐਲੀਜ਼ਾਬੈਥ ਕ੍ਰੋਲੀ ਵਾਸ देयर ਔਰ ਜਿਹੜਾ ਸਕਾਟ ਆਪਣਾ ਥਾਮ ਡੈਨਾਪਲੀ ਆ ਉਹਨੇ ਓਪਨਲੀ ਇਹ ਗੱਲ ਕਹੀ ਹੈਗੀ ਆ ਬਈ ਆਈ ਕਿਉਂਕਿ ਇਟਸ ਨਾਟ ਸ਼ੋਰ ਟਾਵਰ ਹੂੰ ਉਹ ਉਹਦਾ ਡੈਬੀ ਦਾ ਗੜਿਆ ਜੀ ਜੀ ਠੀਕ ਹੈ ਜੀ ਉਹਨੇ ਉੱਥੇ ਸਾਫ਼ ਇਹ ਗੱਲ ਲਈ ਜੀ ਆ ਭਈ ਪਹਿਲਾ ਜਿਹੜੀ ਉਹ ਡੈਬੀ ਧੀ ਹੈ ਹੂੰ ਦੂਜਾ ਜਿਹੜੀ ਉਹ ਹਰਪੀ ਸਿੰਘ ਤੂਰਨ ਦੈਟਸ ਹਾਉ ਯੂ ਸ਼ੁਡ ਬੀ ਵੋਟਿੰਗ ਉਹਨੇ ਇੱਕ ਵਾਰ ਹੀ ਨਹੀਂ ਯਾਨੀ ਕਿ ਤਿੰਨ ਚਾਰ ਵਾਰੀ ਇਹ ਗੱਲ ਰਿਪੀਟ ਕੀਤੀ ਆ ਸੋ ਇਨਡਾਇਰੈਕਟਲੀ ਆਮ ਗੈਟਿੰਗ 올 ਥੀਸ ਐਂਡੋਰਸਮੈਂਟਸ ਜੀ ਜੀ ਠੀਕ ਹੈ ਨਹੀਂ ਔਰ ਇੱਕ ਚੀਜ਼ ਸਾਨੂੰ ਹੋਰ ਜਿਹੜੀ ਨਾ ਭਈ ਤਾਂ ਨੂੰ ਇੱਕ ਧਿਆਨ ਚ ਰੱਖਣੀ ਚਾਹੀਦੀ ਆ ਕਿ ਵੈਨ ਵੀ ਲੁੱਕ ਐਟ ਦੀ ਐਂਡੋਰਸਮੈਂਟਸ ਹਮ ਉਹਨਾਂ ਨੇ ਇੱਕ ਤਰੀਕੇ ਨਾਲ ਨਾ ਮੈਨੂੰ ਐਂਡੋਰਸ ਨਹੀਂ ਕੀਤਾ ਕਿਉਂ ਨਹੀਂ ਕੀਤਾ ਕੁਝ ਇੱਕ ਬੰਦਿਆਂ ਨੇ ਜਿਹੜੇ ਡੀਐਸਏ ਕੈਂਡੀਡੇਟ ਆ ਡੈਮੋਕ੍ਰੈਟਿਕ ਸੋਸ਼ਲਿਸਟ ਡੈਮੋਕ੍ਰੈਟਿਕ ਸਲੀਡ ਦੇ ਅੰਡਰ ਰਨ ਕਰਦੇ ਹੈਗੇ ਆ ਉਹਨਾਂ ਨੂੰ ਉਹਨੀ ਐਂਡੋਰਸ ਕੀਤਾ ਹੈਗਾ ਠੀਕ ਹੈ ਨਾ ਕਿਉਂਕਿ ਜਿਹੜਾ ਇਸ਼ੂ ਆ ਜਾਂਦਾ ਹੈਗਾ ਆ ਉਹ ਇਹ ਆ ਜਾਂਦਾ ਆ ਕਿ ਕਿਹੜਾ ਬੰਦਾ ਆ ਜਿਹੜਾ ਡੈਮੋਕ੍ਰੈਟਿਕ ਪਾਰਟੀ ਮਸ਼ੀਨ ਹੈ ਦੇ ਵਾਂਟ ਟੂ ਸੀ ਕਿ ਕਿਹੜੇ ਬੰਦੇ ਨੂੰ ਅਸੀਂ ਕੰਟਰੋਲ ਕਰ ਸਕਦੇ ਆ ਜੀ ਐਂਡ ਦੇ نو ਕਿ ਹਰਪ੍ਰੀਤ ਇਸ ਨਾਟ ਦਾ ਵਨ ਅੱਛਾ ਜੀ ਕਿਉਂਕਿ ਮੈਂ ਆਈ ਆਈ ਹੈਵ ਬੀਨ ਵਰਕਿੰਗ ਫਾਰ ਦਾ ਕਮਿਊਨਿਟੀ ਜਿਹੜੀ ਚੀਜ਼ ਕਮਿਊਨਿਟੀ ਵਾਸਤੇ ਚੰਗੀ ਆ ਮੈਂ ਤਾਂ ਉਹ ਕਰਨੀ ਸਿੰਪਲ ਜੀ ਜੀ ਅਤੂਰ ਜੀ ਆਮ ਵਾਂਸ ਅਗੇਨ ਅੱਜ ਮਤਲਬ ਇਹ ਸਾਡੀ ਫਾਈਨਲ ਪੁਸ਼ ਹੈ ਆਮ ਯੂ ਐਂਡ ਤੁਹਾਡੇ ਬਾਕੀ ਜੋ ਕੈਂਡੀਡੇਟਸ ਇਸ ਕੰਟੈਸਟ ਦੇ ਵਿੱਚ ਰਨ ਕਰੇ ਸਾਰਿਆਂ ਦੀ ਅਖੀਰ ਦੀ ਅਜ ਰਾਤ ਹੈ ਬਿਫੋਰ voting day tomorrow ਡਿਸਟ੍ਰਿਕਟ 23 ਦੀ ਪੋਲਿੰਗ ਪਲੇਸਿਸ ਕਿੱਥੇ ਲੋਕੀ ਕੱਲ ਜਾ ਕੇ ਆਪਣੀ ਵੋਟ ਇਨ ਪਰਸਨ ਕਾਸਟ ਕਰ ਸਕਦੇ ਆ ਉਹਦੇ ਬਾਰੇ ਕੀ ਜਾਣਕਾਰੀ ਤੁਸੀਂ ਸਾਨੂੰ ਦੱਸ ਸਕਦੇ ਹੋ ਅ ਜਿੱਥੇ ਜਿੱਥੇ ਵੀ ਤੁਸੀਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਾਸਤੇ ਜਾ ਕੇ ਵੋਟ ਪਾਈ ਆ ਦੋਸ ਪਲੇਸਸ ਆ ਯੂਅਰ VOTING ਪਲੇਸ अर्ਲੀ VOTING ਜਿਹੜੀ ਉਹ ਕ੍ਰੀਡ ਮੋਰ ਸੀ ਨੋ ਡਾਊਟ ਅਬਾਊਟ ਇਟ ਪਰ ਜਿਹੜੀ ਕੱਲ ਨੂੰ VOTING ਪੈਣੀ ਹੈ ਇਟ ਇਜ਼ ਗੋਇੰਗ ਟੂ ਬੀ ਤੁਹਾਡੇ ਜਿਹੜੀ ਰੈਗੂਲਰ VOTING ਪਲੇਸ ਸੀ ਉੱਥੇ ਪੈਣੀ ਆ ਹਮ ਠੀਕ ਹੈ ਜੀ ਸੋ ਜਿਹੜਾ ਨੇੜੇ ਦਾ ਤੁਹਾਨੂੰ ਸਕੂਲ ਜਿੱਥੇ ਤੁਸੀਂ ਪਹਿਲਾਂ ਜਾ ਕੇ ਨਵੰਬਰ ਦੇ ਵਿੱਚ ਵੋਟਾਂ ਪਾਈਆਂ ਸੀ ਉੱਥੇ ਪਾਉਣੀ ਹੈਗੀਆਂ ਪਰ ਫੇਰ ਵੀ ਜੇ ਕਿਸੇ ਨੂੰ ਕੋਈ ਸਵਾਲ ਹੈਗਾ ਆ ਪਲੀਜ਼ ਕਾਲ ਮੀ ਔਰ ਟੈਕਸਟ ਮੀ ਟੈਕਸਟ ਕਰ ਦੋਗੇ ਬੈਠ ਰਿਆ ਕਾਲ ਦਾ ਕਿਉਂਕਿ ਕੱਲ ਸਾਰਾ ਦਿਨ ਬਿਜ਼ੀ ਹੋਣਾ ਪਤਾ ਨਹੀਂ ਹੈ ਬਟ ਡੈਫੀਨਿਟਲੀ ਆ ਵਿਲ ਗੈਟ ਬੈਕ ਟੂ ਯੂ ਵਿਦ ਦਾ ਲੋਕੇਸ਼ਨ ਤੇ ਜਿੱਥੇ ਤੁਸੀਂ ਵੋਟ ਪਾ ਸਕਦੇ ਹੋ ਨੰਬਰ ਇਜ਼ 516 448 8722 516 448 72 ਇਸ ਨੰਬਰ ਦੇ ਉੱਤੇ ਉਹ ਮੈਨੂੰ ਆਪਣਾ ਐਡਰੈਸ ਟੈਕਸਟ ਕਰ ਦੇਣ ਕਿ ਐਸ ਐਡਰੈਸ ਵਾਸਤੇ ਪੋਲਿੰਗ ਮੈਂ ਕਿੱਥੇ ਜਾ ਸਕਦਾ ਹਾਂ ਜਾਂ ਜਾ ਸਕਦੀ ਹਾਂ ਐਂਡ ਆ ਵਿਲ ਗੈਟ ਇਟ ਟੂ ਥਮ ਐਂਡ ਵਾਂਸ ਅਗੇਨ ਜਦੋਂ ਤੁਸੀਂ ਆਪਣੀ ਵੋਟ ਪਾਣ ਜਾਂਦੇ ਹੋ ਜ਼ਰੂਰ ਆਪਣੀ ਆਈਡੀ ਸਟੇਟ ਇਸ਼ੂਡ ਆਈਡੀ ਲੈ ਕੇ ਜਾਓ ਐਕਸਪਾਇਰ ਨਹੀਂ ਹੋਣੀ ਚਾਹੀਦੀ ਥਿਸ ਇਜ਼ ਆ ਮੇਕ ਅ ਡਿਫਰੈਂਸ ਇਜ਼ दैट ओके ਯੂ نو ਆਈ ਹੈਵ ਬੀਨ ਕਮਿੰਗ ਥਿਸ ਕੁਐਸ਼ਨ ਅਲਾਰਟ ਯੂ ਡੂ ਨਾਟ ਨੀਡ ਯੂਰ ਆਈਡੀ ਓਕੇ ओके देयर इज अ रीज़न ਕਈ ਬੰਦੇ ਕਹਿੰਦੇ ਜੋ ਉਹਦੀ ਵੋਟ ਮੈਂ ਪਾ ਦੋ ਉਹਦੀ ਵੋਟ ਮੈਂ ਪਾ ਦੂੰਗਾ ਨੋ ਕਿਉਂ ਜਦ ਤੁਸੀਂ ਵੋਟ ਪਾਉਣ ਜਾਂਦੇ ਹੋ ਤੁਹਾਨੂੰ ਤਿੰਨ ਅੱਖਰ ਤੁਹਾਡੇ ਲਾਸਟ ਨਾਂ ਤੇ ਪੁੱਛਦੇ ਆ ਪਹਿਲਾਂ ਅੱਛਾ ਤਿੰਨ ਅੱਖਰ ਤੁਹਾਡੇ ਫਰਸਟ ਨਾਂ ਦੇ ਪੁੱਛਦੇ ਓਕੇ ਉਸ ਤੋਂ ਬਾਅਦ ਤੁਹਾਡਾ ਐਡਰੈਸ ਪੁੱਛਦੇ ਉਹ ਤੁਹਾਨੂੰ ਪੁੱਛਦੇ ਆ ਅੱਛਾ ਜੀ ਤੁਸੀਂ ਆਪਣਾ ਐਡਰੈਸ ਦੇਣਾ ਜਾ ਦੋਨੀ ਐਡਰੈਸ ਤੁਸੀਂ ਦੇ ਦਿੱਤਾ ਉਹਨਾਂ ਨੇ ਤੁਹਾਨੂੰ ਉਹ ਐਡਰੈਸ ਇੱਕ ਵਾਰੀ ਪੜ੍ਹ ਦੇਣਾ ਆ ਉਹਨਾਂ ਕੋਲ ਸਕਰੀਨ ਹੈ ਹਾਂ ਹਾਂ ਉਹਨਾਂ ਨੇ ਕਿਹਾ ਓਕੇ ਦਿਸ ਇਜ਼ ਯੂਰ ਐਡਰੈਸ ਹਾਂਜੀ ਤੁਸੀਂ ਜਦ ਓਕੇ ਕਰ ਦਿੱਤੀ ਉਹਨਾਂ ਨੇ ਤੁਹਾਨੂੰ ਫਿਰ ਸਕਰੀਨ ਦੇਣੀ ਪਿਆ ਦੇ ਉੱਤੇ ਸਾਈਨ ਕਰੋ ਤੁਸੀਂ ਅੱਛਾ ਜੀ ਜਦ ਤੁਸੀਂ ਉਹ ਸਾਈਨ ਕਰਦੇ ਆ ਹਾਂਜੀ ਉਹਨਾਂ ਨੇ ਉਹ ਸਾਈਨ ਮੈਚ ਕਰਨੇ ਜਿਹੜੇ ਉਹਨਾਂ ਕੋਲ ਔਨ ਰੈਕਡ ਹੈ ਜਾਂ ਤੁਸੀਂ ਓਕੇ ਰਜਿਸਟਰ ਕੀਤਾ ਸੀ ਜੀ ਜੀ ਜੇ ਤੁਹਾਡੇ ਸਾਈਨ ਮੈਚ ਕੀਤੇ ਤਾਂ ਤੁਹਾਨੂੰ ਉਹਨਾਂ ਨੇ ਬੈਲਟ ਦੇਣੀ ਨਹੀਂ ਤਾਂ ਨਹੀਂ ਦੇਣੀ ਹਾਂ ਜੇ ਤੁਹਾਡੇ ਸਾਈਨ ਨਹੀਂ ਮੈਚ ਕਰਦੇ ਪਰ ਤੁਹਾਨੂੰ ਪਤਾ ਵੀ ਤੁਸੀਂ ਰਜਿਸਟਰ ਕੀਤਾ ਹੈ ਦੈਨ ਯੂ ਨੀਡ ਆਈਡੀ ਆਈਡੀ ਕਿ ਉਹ ਕਿਨੀ ਮੈਂ ਹੀ ਹਾਂ ਮੈਂ ਹੀ ਹਾਂ 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 ਠੀਕ ਹੈ ਠੀਕ ਹੈ ਠੀਕ ਸੋ ਦੈਟਸ ਈਵਨ ਬੈਟਰ ਸੋ ਇੱਕ ਬਾਰੀ ਫਿਰ ਕੱਲ ਤੁਸੀਂ ਜਾ ਕੇ ਆਪਣੀ VOTING PLACE ਜਿੱਥੇ ਵੀ ਤੁਹਾਡੀ ਡੈਜ਼ਿਗਨੇਟਿਡ ਲੋਕੇਸ਼ਨ ਹੈਗੀ ਉੱਥੇ ਆਪਣੀ ਵੋਟ ਪਾ ਸਕਦੇ ਹੋ ਤੁਹਾਨੂੰ ਆਈਡੀ ਦੀ ਵੀ ਲੋੜ ਨਹੀਂ ਹੈਗੀ ਅਮਰ ਤੁਸੀਂ ਪਹਿਲੇ ਨਵੰਬਰ ਦੇ ਵਿੱਚ ਵੋਟ ਪਾਈ ਸੀ ਸੇਮ ਪ੍ਰੋਸੀਜਰ ਸੇਮ ਲੋਕੇਸ਼ਨ ਅਮ ਬਟ ਵਾਂਸ ਅਗੇਨ ਇਹ ਪ੍ਰਾਇਮਰੀਜ਼ ਹੈਗੇ ਆ ਤੁਸੀਂ ਡੈਮੋਕ੍ਰੈਟਿਕ ਸਲੀਟ ਤੇ ਰਨ ਕਰ ਰਹੇ ਹੋ ਡੈਮੋਕ੍ਰੈਟਿਕ ਸਲੀਟ ਤੇ ਅਗਰ ਆਪਾਂ ਜਾਂਦੇ ਜਾਂਦੇ ਈ ਵਿਊਅਰਸ ਨੂੰ ਕੁਝ ਦੱਸ ਸਕਦੇ ਕਿਸ ਤਰ੍ਹਾਂ ਉਹ ਬੈਲਟ ਲੱਗੂਗਾ ਬਿਕੋਜ਼ ਨਵੰਬਰ ਤੋਂ ਅੱਜ ਬਹੁਤ ਫਰਕ ਹੋਏਗਾ ਉਸ ਬੈਲਟ ਦੇ ਵਿੱਚ ਰਾਈਟ ਡੈਫਨਿਟਲੀ ਡੈਫਨਿਟਲੀ ਇਹਦੇ ਬਾਰੇ ਥੋੜਾ ਦੱਸ ਦਿਓ ਕਿ ਵਾਟ ਪੀਪਲ ਸ਼ੁਡ ਐਕਸਪੈਕਟ ਇਟਸ ਇਟਸ ਅ ਡਿਫਰੈਂਟ ਬੈਲਟ ਐਜ਼ ਕੰਪੇਅਰ ਟੂ ਨਵੰਬਰ ਜਦ ਤੁਸੀਂ ਜਾਣਾ ਤੁਹਾਨੂੰ ਦੋ ਸ਼ੀਟਸ ਆ ਜਿਹੜੀਆਂ ਉਹਨੇ ਪ੍ਰਿੰਟ ਕਰਕੇ ਦੇਣੀ ਆ ਇੱਕ ਸ਼ੀਟ ਆ ਜਿਹੜੀ ਉਹਦੇ ਉੱਤੇ ਮਿਊਰਲ ਕੈਂਡੀਡੇਟਸ ਕੰਟਰੋਲਰ ਤੇ ਆਪਣਾ ਹੈਗਾ ਜਿਹੜਾ ਕੁਇਨਸ ਬੋਰੋ ਪ੍ਰੈਜ਼ੀਡੈਂਟ ਤੇ ਪਬਲਿਕ ਐਡਵੋਕੇ ਸੌਰੀ ਪਬਲਿਕ ਐਡਵੋਕੇਟ ਉਹ ਇੱਕ ਪੇਜ ਆ ਜਿਹੜਾ ਦੂਜਾ ਪੇਜ ਆ ਉਹਦੇ ਉੱਤੇ ਕੁਇਨਸ ਬੋਰੋ ਪ੍ਰੈਜ਼ੀਡੈਂਟ ਆ ਸਿਟੀ ਕੌਂਸਲ ਆ ਤੇ ਸਟੇਟ ਦੇ ਜਿਹੜੇ ਹੈਗੀ ਇੱਕ ਹੋਰ ਨਾ ਉਹ ਹੁੰਦੇ ਹੈਗੇ ਇਲੈਕਟਡ 14 ਬੰਦੇ ਉਹਦੇ ਉੱਤੇ ਹੁੰਦੇ ਆ ਜਿਹੜੇ ਤੁਸੀਂ ਪਿਕ ਕਰ ਸਕਦੇ ਹੋ ਸੋ ਜਿਹੜੀ ਪਹਿਲੀ ਹੈਗੀ ਆ ਮੇਅਰ ਵਾਲੀ ਮੈਂ ਕਿਉਂਕਿ ਕੈਥਰੀਨ ਗਾਰਸਿਆ ਤੁਹਾਨੂੰ ਮੇਰਾ ਖਿਆਲ ਆ ਭਈ ਇਸ ਚੀਜ਼ ਦੇ ਉੱਤੇ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਇਸ ਭਰਾ ਦੇ ਦਫ਼ਤਰ ਦੇ ਵਿੱਚ ਕੈਥਰੀਨ ਗਾਰਸਿਆ ਜੋ ਕਿ ਮੇਅਰ ਲਈ ਰਨ ਕਰ ਰਹੀ ਆ ਉਹ ਐਂਡੋਰਸਮੈਂਟ ਲੈਣ ਆਈ ਇਹ ਕਮਿਊਨਿਟੀ ਵਾਸਤੇ ਬਹੁਤ ਵੱਡੀ ਅਚੀਵਮੈਂਟ ਆ ਯਾ ਯਾ ਐਂਡ ਆ ਸ਼ੁੱਡ ਨੋਟ ਕਿ ਕੈਥਰਿਨ ਗਾਰਸਿਆ ਉਹ ਕੈਂਡੀਡੇਟ ਹੈਗੀ ਮੇਅਰ ਲਈ ਜਿਹਨੂੰ ਨਿਊਯਾਰਕ ਟਾਈਮਜ਼ ਪਬਲਿਕੇਸ਼ਨ ਨੇ ਵੀ ਅਫੀਸ਼ੀਅਲ ਤੌਰ ਤੇ ਐਂਡੋਰਸ ਕੀਤਾ ਹੈ ਇਸ ਵੇਲੇ ਉਹਨੂੰ ਫਰੰਟ ਰਨਰ ਰਨਰ ਮੰਨਿਆ ਜਾ ਰਿਹਾ ਹੈ ਮੇਅਰ ਦੀ ਰੇਸ ਦੇ ਵਿੱਚ ਸੋ ਦੈਟਸ ਅ ਗੁੱਡ ਟੂ ਯਾ ਔਰ ਦੂਜੇ ਪੇਜ ਦੇ ਉੱਤੇ ਜੇ ਤੁਸੀਂ ਜਾਓਗੇ ਉਹਦੇ ਤੇ ਤੁਹਾਨੂੰ ਉਹ ਮਿਲੂਗੇ ਕੁਇਨਸ ਬਾਰੋ ਪ੍ਰੈਜ਼ੀਡੈਂਟ ਮਿਲੂਗਾ ਕੌਂਸਲਮੈਨ ਮਿਲਣਗੇ ਉਹਦੇ ਥੱਲੇ ਉਹ ਮਿਲਣਗੇ ਔਰ ਵੈਨ ਯੂ ਗੋ ਟੂ ਦਾ ਕੌਂਸਲਮੈਨ ਮੈਂ 6ਵੇਂ ਨੰਬਰ ਤੇ ਆਂ ਅਪਿਛਲੀ ਵਾਰ ਵੀ ਕਿਹਾ ਸੀ ਆਮ ਗੋਇੰਗ ਟੂ ਸੇ ਇਟ ਅਗੇਨ ਸਿਕਰ ਕਰੈਕਰ ਡੋਨਟ ਫੋਰਗੇਟ ਥੈਟ ਵੈਰੀ ਗੁੱਡ ਅਮ ਸੋ ਵਾਂਸ ਅਗੇਨ ਕੱਲ ਤੁਸੀਂ ਜ਼ਰੂਰ ਜਾ ਕੇ ਵੋਟ ਪਾਓ ਔਰ VOTING ਦੇ ਵਿੱਚ ਥੋੜਾ ਸਿਸਟਮ ਵੱਖਰਾ ਹੈਗਾ ਬਟ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਅਮ ਤੂਰ ਸਾਹਿਬ ਇੱਕ ਵਾਰੀ ਤੁਸੀਂ ਆਪਣਾ ਨੰਬਰ ਫਿਰ ਦੱਸ ਦਿਓ ਡਿਸਟ੍ਰਿਕਟ 23 ਦੇ ਵੋਟਰਸ ਲਈ ਇਫ ਦੇ ਵਾਂਟ ਟੂ ਟੈਕਸਟ ਯੂ ਅਗਰ ਕੋਈ ਲਾਸਟ ਮਿੰਟ ਕੁਐਸਚਨ ਉਹਨੇ ਪੁੱਛਣਾ ਹੈ VOTING ਬਾਰੇ ਖਾਸ ਕਰਕੇ ਬਿਲਕੁਲ ਜੀ ਨੰਬਰ ਹੈ ਜਿਹੜਾ ਯੂ ਕੈਨ ਕਾਲ ਮੀ ਟੈਕਸ ਮੀ ਐਕਚੁਅਲੀ ਬੈਟਰ ਬਟ ਕਾਲ ਵੀ ਕਰ ਸਕਦੇ ਹੋ ਆਰ ਕਾਲ ਬੈਕ और 516 448 8722 516 448 8722 اور ਤੁਸੀਂ ਪਟੇਲ ਬਰਦਰਸ ਦੇ ਨਾਲ ਮੇਰਾ ਕੈਂਪੇਨ ਹੈਡਕ quarters ਆ ਉੱਥੇ ਵੀ ਆ ਸਕਦੇ ਹੋ 23112 ਹਿਲ ਸਾਈਡ ਐਵਨਿਊ 251 12 ਹਿਲ ਸਾਈਡ ਐਵਨਿਊ ਵੰਡਰਫੁਲ ਤੂਰ ਜੀ ਹੁਣ ਜਾਣਨ ਦੇ 2 ਮਿੰਟ ਸਾਡੇ ਕੋਲ ਰਹਿ ਗਏ ਕਲੋਜ਼ਿੰਗ ਮੈਸੇਜਸ ਵਾਈ ਸ਼ੁੱਡ ਪੀਪਲ ਕਮ ਐਂਡ ਵੋਟ ਨਾ ਕਿ ਸਿਰਫ ਇਸ ਇਲੈਕਸ਼ਨ ਦੇ ਵਿੱਚ ਬਟ ਖਾਸ ਕਰਕੇ ਤੁਹਾਡੇ ਲਈ ਐਸ ਸਿਟੀ ਕਾਉਂਸਲ ਕੈਂਡੀਡੇਟ ਫਾਰ ਦ ਡੈਮੋਕ੍ਰੈਟਿਕ ਪਾਰਟੀ ਡਿਸਟ੍ਰਿਕਟ 23 ਨਿਊਯਾਰਕ ਸਿਟੀ ਦੇ ਵਿੱਚ ਆਈ ਹੈਵ ਬੀਨ ਯੂਅਰ ਵਾਇਸ ਐਂਡ ਆਈ ਵਿਲ ਬੀ ਯੂਅਰ ਵਾਇਸ 20 ਸਾਲ ਹੋ ਗਏ ਮੈਨੂੰ ਤੁਹਾਡੀ ਵਾਇਸ ਹੈ ਜਿਹੜੀ ਜਿੱਥੇ ਸਾਡੀ ਕੋਈ ਸੁਣਦਾ ਨਹੀਂ ਸੀ ਉੱਥੇ ਪਹੁੰਚਾਉਂਦੇ ਨੂੰ ਮੈਂ ਇਹ ਨਾ ਚੀਜ਼ਾਂ ਕੋਈ ਨਵਾਂ ਨਹੀਂ ਹੈਗਾ ਪਹਿਲੀ ਗੱਲ ਦੂਜੀ ਗੱਲ ਆਈ ਏਮ ਦਾ ਕੈਂਡੀਡੇਟ ਜੋ ਕਿ ਫਰ ਐਜੂਕੇਸ਼ਨ ਰਿਮੈਂਬਰ ਐਜੂਕੇਸ਼ਨ ਇਜ਼ ਦਾ ਬਿਗੇਸਟ ਇਕੁਆਲਾਈਜ਼ਰ ਜੀ ਦਾ ਐਜੂਕੇਟਿਡ ਯੂ ਆਰ ਜੀ ਦਾ ਮੋਰ ਮਨੀ ਯੂ ਮੇਕ ਦਾ ਬੈਟਰ ਸਟੈਂਡਰਡ ਇਜ਼ ਯੂ ਹੈਵ ਫॉर ਦਾ ਲਾਈਫ ਠੀਕ ਹੈ ਜੀ ਸੇਫਟੀ ਹੋ ਗਈ ਸਕਿਉਰਟੀ ਹੋ ਗਈ old age people's واسطے جگہ ہو گئی میں بھی ਹੁਣ ਅੱਗੇ ਅੱਗੇ ਜਿਹੜਾ ਹੈ ਮੈਨੂੰ ਵੀ ਜਗ੍ਹਾ ਚਾਹੀਏ ਲੋੜ ਪੈਣੀ ਆ ਆਈ ਮੀਨ ਆ ਮੈਂ ਪ੍ਰੈਕਟੀਕਲ ਗਾਇ ਆਈ ਡੋਟ ਹਾਈਡ ਐਨੀਥਿੰਗ ਯੂ ਠੀਕ ਹੈ ਨਾ ਤੇ ਬੱਚਿਆਂ ਵਾਸਤੇ ਜਿਹੜੀਆਂ ਗਰਾਉਂਡਸ ਵਗੈਰਾ ਹੈਗੀਆਂ ਆ ਕਿਉਂਕਿ ਮੈਨੂੰ ਪਤਾ ਹੈ ਕਿ ਕਈ ਜਿਹੜੇ ਡਿਵੈਲਪਰਸ ਹੈਗੇ ਆ ਨਾ ਦੇ ਆਰ ਲੁਕਿੰਗ ਟੂ ਚੇਂਜ ਦਾ ਕੰਪਲੈਕਸ ਆਫ ਡਿਸਟ੍ਰਿਕਟ 23 ਜੀ ਐਂਡ ਆ ਵਿਲ ਨਾਟ ਲੈਟ ਥੈਟ ਹੈਪਨ ਕਿਉਂਕਿ ਕਮਿਊਨਿਟੀ ਆ ਜਿਹੜੀ ਦੈਟਸ ਯੂ ਡਿਸਾਈਡ ਕੇ ਵਾਟ ਦੇ ਵਾਂਟ ਐਂਡ ਆ ਨੋ ਥੈਟ I have been working with the community leaders, Gee. and I will continue working with the community leaders, and I will be your voice between the government and you. And always remember public service is the best service if you do it honestly, and that's what I'm trying to do here, and that's what I will do. Wonderful once again a candidate her breath Singaturji running for City Council District 23 in New York City kal primary voting day hai ga is election de vich zarur tusi bhi involve hovo koi question sade layi Turji layi tusi contact kar sakde ho sanu infojustbroadcasting.com ashmitajustbroadcasting.com te Turji da contact information screen te likhya hoya si jande aan de main sirf viewers nu no, hi kehna chahunde ha ke ki kal voting day de waq waq updates hor candidates hor races de vich tonu provide karange sham de ek special ਲਾਈਵ ਪ੍ਰੋਗਰਾਮ ਦੇ ਵਿੱਚ ਬਟ ਅੱਜ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਐਂਡ ਗੁੱਡ ਲੱਕ ਤੁਰਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ